पंडित जी साडे पत्रकार हैगे आ डॉक्टर साहब के जन्मदिन ते कोई चंद लफज बोलो जी हरेक शुक्रवार नु ए अपनी पोएम्स जी ए नवी रामगोपाल शर्मा जी बहु जी भाजी साडे फोटोग्राफर साहब आ सीनियर साडे रियाजी आ पंडित जी मैं धन्नवादी आ जी बहुत बहुत तुसीं साडी खुशी विच सांझ पाई आ ऋणी आ तुहाडे जी अज फिर ਬਹੁਤ ਜੀ ਕੀ ਸੁਣਾ ਰਹੇ ਜੀ ਫਿਰ ਸਾਡੇ ਮੈਂ ਅੱਜ ਜਿਹੜੀਆਂ ਚਾਰ ਅਲਫਾਜ਼ ਅੰਕਿਤ ਕੀਤੇ ਆ ਨਾ ਜੀ ਉਹ ਤੁਹਾਡੇ ਸ਼ੁਭ ਮੁਬਾਰਕ ਨੰਦੇ ਉੱਤੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਇਸ ਬਾਰੇ ਮੈਂ ਕਹਿ ਰਿਹਾ ਹੈਗਾ ਜੀ ਧਿਆਨ ਨਾਲ ਸੁਣਿਓ ਜਿੱਦਾਂ ਦੀ ਅਲਫਾਜ਼ ਮੈਨੂੰ ਪਰਮਾਤਮਾ ਨੇ ਗਾਈਡਲਾਈਨ ਦਿੱਤੀ ਆ ਉਹਦੇ ਹਿਸਾਬ ਨਾਲ ਹੀ ਪਾਏ ਲਿਖਿਆ ਜੀ ਸਮਾਂ ਸਮਾਂ ਸਮਰੱਥ ਹੈ ਸੱਜਣੋ ਸਮਾਂ ਸਮਾਂ ਸਮਰੱਥ ਹੈ ਸੱਜਣੋ ਸਮਾਂ ਬਹੁਤ ਬਲਵਾਨ ਮੀਆਂ ਅੱਜ ਸਮੇਂ ਨੇ ਡਾਕਟਰ ਸਾਹਿਬ ਨੂੰ ਦੱਸਿਆ ਮੁੱਖ ਮਹਿਮਾਨ ਮੀਆਂ ਸ਼ੁਭ ਨਾ ਐਸਿਆ ਯਾਦ ਇਹਨਾਂ ਦਾ ਕਹਿ ਰਹੇ ਨੇ ਲੋਕ ਮਹਾਨ ਮੀਆਂ ਹੈਪੀ ਬਰਥਡੇ ਕਹਿ ਕੇ ਇਹਨਾਂ ਨੂੰ ਅਸਾਂ ਕਰਦੇ ਹਾਂ ਸਨਮਾਨ ਮੀਆਂ ਧੰਨਵਾਦ ਜੀ ਅੱਗੇ ਲਿਖਿਆ ਜੀ ਜਨਮਦਿਨ ਮੁਬਾਰਕ ਕਹਿ ਕੇ ਜਿਨ੍ਹਾਂ ਨੇ ਇਹਨਾਂ ਦਾ ਮਾਣ ਵਧਾਇਆ ਦੱਸਾਂ ਰਿਣੀ ਉਹਨਾਂ ਦਾ ਇਹਨਾਂ ਬੁੱਲੀਆਂ ਨੇ ਧੰਨਵਾਦੀ ਹੋ ਫਰਮਾਇਆ ਦੱਸਾਂ ਆਜ਼ਾਦ ਸਾਹਿਬ ਨੇ ਇਸ ਖੁਸ਼ੀ ਦੇ ਅੰਦਰ ਜਨਮਦਿਨ ਆਪਣਾ ਮਨਾਇਆ ਦੱਸਾਂ ਆਜ਼ਾਦ ਸਾਹਿਬ ਨੇ ਇਸ ਖੁਸ਼ੀ ਦੇ ਅੰਦਰ ਜਨਮਦਿਨ ਅੱਜ ਮਨਾਇਆ ਦੱਸਾਂ ਮੂੰਹ ਮਿੱਠਾ ਕਰਵਾਉਣ ਲਈ ਸਭ ਦਾ ਸਪੈਸ਼ਲ ਕੇਕ ਮੰਗਵਾਇਆ ਦੱਸਾਂ ਫਿਰ ਲਿਖਿਆ ਜੀ 31-10-72 ਸੰਨ ਸੀ 31-10-72 ਸੰਨ ਸੀ ਮਾਤ ਪਿਤਾ ਲਈ ਲੱਕੀ ਕਹਿੰਦੇ ਮਾਪਿਆਂ ਨੂੰ ਮਿਲੀ ਖਾਨ ਸੋਨੇ ਦੀ ਗੱਲ ਕੱਚੀ ਨਹੀਂ ਹੈ ਪੱਕੀ ਕਹਿੰਦੇ ਜਨਮ ਹੋਣ ਤੇ ਗੁਰਸੀ ਬੰਦਿਆ ਜਨਮ ਹੋਣ ਤੇ ਗੁਰਸੀ ਬੰਦਿਆ ਖਰਚ ਰੁਪਈਏ 25 ਕਹਿੰਦੇ ਝੂਠ ਨਹੀਂ ਲਿਖਦੀ ਕਲਮੇ ਦੇਖੋ ਝੂਠ ਨਹੀਂ ਲਿਖਦੀ ਕਲਮੇ ਦੱਸੋ ਹਰ ਗੱਲ ਅੰਕਲ ਸੱਚੀ ਕਹਿੰਦੇ ਅੱਗੇ ਲਿਖਿਆ ਜੀ ਪ੍ਰਭੂ ਇੱਛਾ ਨੇ ਕਿਹਾ ਸਮੇਂ ਨੂੰ ਇਹ ਕੰਮ ਸਿਰੇ ਚੜ੍ਹਾਉਣ ਲਈ ਦੁਆਵਾਂ ਦਿੱਤੀਆਂ ਸਭ ਨੇ ਮਿਲ ਕੇ ਖੁਸ਼ੀਆਂ ਵਿੱਚ ਅੱਗੇ ਜਾਣ ਲਈ ਵਿੱਚ ਵਿਚੋਲੇ ਸੱਦ ਕੇ ਪਾਏ ਰੌਣਕ ਖੂਬ ਵਧਾਉਣ ਲਈ ਕਾਇਮ ਰੱਖੀ ਇਹ ਚੱਲਦੀ ਦੇਹੀ ਆਪਣੇ ਫਰਜ਼ ਨਿਭਾ ਡਾਕਟਰ ਐਸ ਕੇ ਆਜ਼ਾਦ ਸਾਹਿਬ ਨੂੰ ਭਗਵਾਨ ਨੇ ਰਾਹ ਦਿਖਾਇਆ ਦੱਸਾਂ ਡਾਕਟਰ ਐਸ ਕੇ ਆਜ਼ਾਦ ਸਾਹਿਬ ਨੂੰ ਭਗਵਾਨ ਨੇ ਰਾਹ ਦਿਖਾ ਦਿੱਤਾ ਦੁੱਗਣੀ ਖੁਸ਼ੀ ਇਹਨਾਂ ਕਰਕੇ ਪ੍ਰਾਪਤ ਅੱਜ ਚਾਨਣ ਸਭ ਤੇ ਪਾ ਦਿੱਤਾ ਹੁਣ ਇਹ ਜਾਣਨ ਜਾਂ ਉਹ ਜਾਣਨ ਅਸਾਂ ਆਪਣਾ ਫਰਜ਼ ਨਿਭਾ ਦਿੱਤਾ ਰਾਮਪਾਲ ਸ਼ਰਮਾ ਕੇਕ ਕੱਟਣ ਲਈ ਇੱਕ ਚਾਕੂ ਨਵਾਂ ਮੰਗਵਾ ਬਹੁਤ ਧੰਨਵਾਦ ਜੀ ਬਹੁਤ ਜੀ ਤੇ ਇੱਕ ਕੁੱਖ ਚੋਂ ਸ਼ਬਦ ਕੱਢ ਕੇ ਮੈਂ ਸਮਰਪਣ ਕੀਤਾ ਜੀ ਮੈਂ ਰਿਣੀ ਆ ਧੰਨਵਾਦੀ ਹਾਂ ਬਹੁਤ ਜੀ ਬਹੁਤ ਸੁਲਝੇ ਹੋਏ ਧਨੀ ਵਿਅਕਤੀ ਹੈ ਜੀ ਮੈਂ ਬਾਕੀ ਵੀ ਮਹਿਮਾਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦਾ ਜੀ ਸਾਡੀ ਖੁਸ਼ੀ ਸਾਂਝ ਪਾਈ ਹੈ ਤੁਸੀਂ ਬਹੁਤ ਧੰਨਵਾਦ ਜੀ ਚਲੋ ਜੀ ਬਹੁਤ ਬਹੁਤ ਮੁਬਾਰਕਬਾਦ ਜੀ ਡਾਕਟਰ ਵੀ ਕੋਈ ਫੇਰ ਜੀ ਧੰਨਵਾਦ ਜੈ ਹੋ ਜੀ